ਕਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ ਜਿਸ ਵਿੱਚ ਉਹਨਾਂ ਸਾਡੀ ਫਾਸਟਵੇ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ 2-4 ਦਿਨ ਪਹਿਲਾਂ ਸੂਰਜ ਨਿਕਲਣ ਨਾਲ ਲੱਗ ਰਿਹਾ ਸੀ ਕਿ ਠੰਡ ਜਲਦ ਘਟ ਜਾਵੇਗੀ ਪਰ ਹੁਣ ਬਰਸਾਤ ਹੋਣ ਕਾਰਨ ਲੱਗ ਰਿਹਾ ਹੈ ਕਿ ਸਰਦੀ ਹਾਲੇ ਵੀ 2 ਮਹੀਨੇ ਹੋਰ ਪਵੇਗੀ ਅਤੇ ਜਿਸ ਕਾਰਨ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਅਤੇ ਉਹਨਾਂ ਆਖਿਆ ਕਿ ਇਸ ਸਰਦੀ ਤੋਂ ਬਚਾਵ ਲਈ ਸਾਨੂੰ ਆਪਣਾ ਖਿਆਲ ਰੱਖਣ ਦੀ ਜ਼ਰੂਰਤ ਹੈ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਸਰਦੀ ਤੋਂ ਬਚਣ ਲਈ ਗਰਮ ਕੱਪੜਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਮੌਸਮ 2-3 ਦਿਨਾਂ ਤੋਂ ਬਹੁਤ ਖਰਾਬ ਹੋ ਰਿਹਾ ਅਤੇ ਮੇਰਾ ਡੇਲੀ ਦਾ ਰੋਡ 'ਤੇ ਕੰਮ ਹੁੰਦਾ ਸਰ ਇਹਦੇ ਕਰਕੇ ਮੌਸਮ ਦੇ ਕਰਕੇ ਬਹੁਤ ਕੰਮ ਦਾ ਵੀ ਫਰਕ ਪੈ ਰਿਹਾ ਸਰ ਅਤੇ ਬਹੁਤ ਦਿੱਕਤ ਆ ਰਹੀ ਹੈ ਧੁੱਪ ਲੱਗਣ ਕਾਰਨ ਮੌਸਮ ਕਾਫੀ ਮਤਲਬ ਹੱਦ ਤੱਕ ਠੀਕ ਵੀ ਹੋ ਗਿਆ ਸੀ ਚਾਂਸ ਸੀ ਕਿ ਮਤਲਬ ਕਾਫੀ ਹੱਦ ਤੱਕ ਕੰਮ ਠੀਕ ਵੀ ਰਹੇਗਾ ਬਟ ਇਹ ਮੌਸਮ ਖਰਾਬ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਹਾਲਾਤ ਦੇ ਹਿਸਾਬ ਨਾਲ ਮੌਸਮ ਦੇ ਹਾਲਾਤ ਲੱਗ ਰਿਹਾ ਕਿ ਠੰਡ ਕਾਫੀ ਵਧਣ ਦੇ ਮਤਲਬ ਚਾਂਸ ਹੈਗੇ ਮਤਲਬ ਸਰ ਮੌਸਮ ਠੰਡ ਵਧੇਗੀ ਜੀ ਅਤੇ ਘਟੇਗੀ ਤਾਂ ਨਹੀਂ 2 ਦਿਨ ਧੁੱਪ ਰਹੀ ਬਹੁਤ ਵਧੀਆ ਲੱਗਾ ਜੀ ਇਸ ਤਰ੍ਹਾਂ ਲੱਗਦਾ ਜੀ ਜਿਸ ਤਰ੍ਹਾਂ ਠੰਡ ਪੈਣੀ ਨਹੀਂ ਪਰ ਉਹ 1-2 ਦਿਨ ਤੋਂ ਬਾਅਦ ਕੱਲ੍ਹ ਦੀਆਂ ਬਾਰਿਸ਼ਾਂ ਚਾਲੂ ਨੇ ਅਤੇ ਹੁਣ ਫਿਰ ਲੱਗਦਾ ਵੀ ਠੰਡ ਆਏਗੀ ਕੰਮ ਕਰਦੇ ਤਾਂ ਅਸਰ ਪਏਗਾ ਪਏਗਾ ਜੀ ਨੈਚੁਰਲੀ ਗੱਲ ਆ ਬਿਲਕੁਲ ਜੀ ਬਿਲਕੁਲ ਬਚਾ ਕੇ ਰੱਖਣਾ ਚਾਹੀਦਾ ਜੀ ਖਾਸ ਕਰਕੇ ਬਜ਼ੁਰਗ ਨੂੰ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਠੰਡ ਤੋਂ ਮੌਸਮ ਬਾਰੇ ਅੱਜ ਜੀ ਮੌਸਮ 'ਤੇ ਬਹੁਤ ਜ਼ਿਆਦਾ ਮੀਂਹ ਬਾਰਿਸ਼ ਹੋ ਰਹੀ ਆ 2 ਦਿਨ ਧੁੱਪ ਰਹੀ ਬਹੁਤ ਵਧੀਆ ਲੱਗਾ ਜੀ ਠੰਡ ਦੇ ਮੌਸਮ ਬਾਰੇ ਅੱਜ 2-3 ਹਜੇ ਨੈੱਟ 'ਤੇ ਹੋਰ ਦੱਸਣ ਰਹੇ ਆ ਵੀ ਬਾਰਿਸ਼ ਹੋਣੀ ਆ ਹਾਂਜੀ ਇਹ ਹੋ ਸਕਦਾ ਵੀ ਗਾੜੀ ਠੰਡ ਹੋਰ ਵੱਜ ਮੀਂਹ ਪੈਣ ਦੇ ਨਾਲ ਬਚਾ ਰੱਖਣਾ ਚਾਹੀਦਾ ਹੈ ਵੀ ਆਪਣਾ ਕੱਪੜੇ ਪੂਰੇ ਪਾ ਕੇ ਰੱਖੋ ਹਾਂਜੀ ਜੀ ਆਪਣਾ ਟੋਪੀਆਂ ਟਾਪੀਆਂ ਜਰਾਬਾਂ ਜਿਹੜਾ ਪੂਰਾ ਕੱਸ ਕੇ ਰੱਖੋ ਅਤੇ ਜਿਹੜੇ ਬਜ਼ੁਰਗ ਆ ਉਹ ਵੀ ਆਪੋ ਆਪਣੇ ਜਰਾ ਵੀ ਪੂਰੀ ਸੇਫਟੀ ਰੱਖਣ ਹਾਂਜੀ ਮੌਸਮ ਤਾਂ ਚਲੋ ਠੀਕ ਆ ਉਤਨਾ ਵੈਸੇ ਜਿਹੜੇ ਕੰਮ ਕਾਰ 'ਤੇ ਜਾਣਦੇ ਆ ਲੋਕ ਪਰ ਉਹਨਾਂ ਵਾਸਤੇ ਥੋੜ੍ਹਾ ਔਖਾ ਹੈਗਾ ਮੀਂਹ ਕਣੀ ਕਰਕੇ ਇਸ ਕਰਕੇ ਚਲੋ ਜਿਹਨਾਂ ਨੂੰ ਮਜਬੂਰੀ ਆ ਉਹਨੇ ਤਾਂ ਜਾਣਾ ਜਾਣਾ ਵਾ ਠੰਡ ਦਾ ਤਾਂ ਮੋਲ ਹੈਗਾ ਥੋੜ੍ਹੀ ਜਿਹੀ ਵਧੂਗੀ ਠੰਡ 'ਤੇ ਜਦੋਂ ਧੁੱਪ ਸੀ ਉਦੋਂ ਤਾਂ ਇੰਝ ਲੱਗਦਾ ਸੀ ਜਿਵੇਂ 2-4 ਧੁੱਪਾਂ ਲੱਗਣੀ ਅਤੇ ਗਰਮੀ ਪਊਗੀ ਪਰ ਜਦੋਂ ਹੁਣ ਮੀਂਹ ਪੈ ਲੱਗ ਪਿਆ ਤਾਂ ਲੋਕ ਕਹਿੰਦੇ ਆ ਖਰੇ ਜਿਵੇਂ ਠੰਡ ਹੋ ਜਾਣੀ ਆ ਹਾਂਜੀ ਉਹ ਤਾਂ ਟੋਪੀਆਂ ਦਸਤਾਨੇ ਤਾਂ ਪਾਉਣੇ ਚਾਹੀਦੇ ਆ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਕੀ ਆਹ ਵਾ ਕਿ ਵੀ ਥੋੜ੍ਹਾ ਬਹੁਤਾ ਜਿਵੇਂ ਸੜਕਾਂ 'ਤੇ ਆ ਪਾਣੀ ਪੂਣੀ ਖਲੋਤਾ ਵਾ ਪ੍ਰਸ਼ਾਸਨ ਨੂੰ ਥੋੜ੍ਹਾ ਬਹੁਤਾ ਸੋਚਣਾ ਚਾਹੀਦਾ ਵਾ ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਕਿ ਪਹਿਲਾਂ 2-3 ਦਿਨ ਪਹਿਲਾਂ ਧੁੱਪਾਂ ਲੱਗੀਆਂ ਸੀ ਤਾਂ ਲੋਕਾਂ ਨੂੰ ਲੱਗਦਾ ਕਿ ਹੁਣ ਗਰਮੀ ਦਾ ਮਾਹੌਲ ਜਲਦੀ ਸ਼ੁਰੂ ਹੋ ਜਾਣਾ ਪਰ ਇਸ ਸਰਦੀ ਨਾਲ ਜਾਂ ਇਸ ਬਾਰਿਸ਼ ਹੋਣ ਨਾਲ ਲੱਗਦਾ ਕਿ ਹਲੇ 2-3 ਮਹੀਨੇ ਠੰਡ ਹੋਰ ਵਧੂਗੀ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਆਪਣੇ ਗਰਮ ਕੱਪੜੇ ਪਾ ਕੇ ਰੱਖਣ ਇਸ ਠੰਡ ਤੋਂ ਬਚਾ ਲਈ ਅਤੇ ਨਾਲੇ ਬਜ਼ੁਰਗਾਂ ਦਾ ਅਤੇ ਬੱਚਿਆਂ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਵੇ ਨਿਊਜ਼ ਅੰਮ੍ਰਿਤਸਰ